ਜਗਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਵਸਦੇ ਰਹੋ ਤੇ ਜਿਨ੍ਹਾਂ ਨੇ ਸੇਵਾ ਕੀਤੀ ਆ ਟਹਿਲ ਕੀਤੀ ਆ ਉਹਨਾਂ ਨੂੰ ਕਹਿੰਦੇ ਉੱਜੜ ਜੋ। ਭਾਈ ਮਰਦਾਨਾ ਜੀ ਅਸਚਰਜ ਹੋਏ, ਹੈਰਾਨ ਹੋਏ ਤੇ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਰੂਪ ਵਿੱਚ ਕਿਹਾ, ਮਹਾਰਾਜ ਐਸਾ ਕਿਉਂ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਸ ਲਈ ਉਹਨਾਂ ਲੋਕਾਂ ਨੂੰ ਵਸਣ ਲਈ ਕਿਹਾ ਕਿ ਜੈਸੀ ਉਹਨਾਂ ਦੀ ਤੰਗ ਦਿਲੀ ਆ ਨਾ, ਮਲੀਨ ਬਿਰਤੀ ਆ, ਆਏ ਗਏ ਦੀ ਟਹਿਣ ਸੇਵਾ ਨਹੀਂ ਉਹ ਲੋਕ ਕਰਦੇ। ਜੇ ਉਹ ਹੋਰ ਥਾਂ ਤੇ ਜਾਣਗੇ ਹੋਰ ਥਾਂ ਤੇ ਵੀ ਗੰਦਗੀ ਪਾਉਣਗੇ, ਬੁਰਾਈ ਦਾ ਫੈਲਾਅ ਕਰਨਗੇ ਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਕਿਹਾ ਨਾ ਉੱਜੜ ਜਾਓ, ਉਹਦਾ ਅਰਥ ਮਰਦਾਨਿਆਂ ਇਹ ਬਣਦਾ ਕਿ ਤੁਸੀਂ ਉੱਜੜ ਜੋ, ਭਾਵ ਵਿਚਰ ਕੇ ਦੁਨੀਆਂ ਦਾ ਭਲਾ ਕਰੋ, ਤੁਸੀਂ ਪਰੋਪਕਾਰੀ ਭਲੇ ਵਾਲੀ ਮਿਰਤੀ ਵਾਲੇ। ਸੋ ਕਹਿਣ ਦਾ ਭਾਵ ਇਹ ਪੁਰਾਣੇ ਸਮੇਂ ਵਿੱਚ ਤਿੰਨ ਸ਼ਬਦ ਆਮ ਵਰਤੇ ਜਾਂਦੇ ਸਨ। ਜਦੋਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨੀ ਅਤੇ ਕਹਿਣਾ ਵਾਹਿਗੁਰੂ ਬੁੱਲੀ ਦਿਓ, ਕੁੱਲੀ ਦਿਓ, ਜੁੱਲੀ ਦਿਓ, ਤਿੰਨ ਚੀਜ਼ਾਂ ਮੰਗਣੀਆਂ। ਹੁਣ ਬੁੱਲੀ ਵੀ ਚਾਹੀਦੀ ਆ, ਮਾਇਆ ਵੀ ਚਾਹੀਦੀ ਆ। ਮਾਇਆ ਦੇ ਨਾਲ ਹੀ ਕੁੱਲੀ ਮਿਲੇਗੀ ਤੇ ਜੇ ਕੁੱਲੀ 'ਚ ਰਹਿਣਾ ਤੇ ਜੁੱਲੀ ਵੀ ਚਾਹੀਦੀ ਆ, ਬਿਸਤਰਾ ਵੀ ਚਾਹੀਦਾ, ਕੱਪੜੇ ਤੋਂ ਬਿਨਾਂ ਵੀ ਗੱਲ ਨਹੀਂ ਬਣਦੀ। ਪਰ ਗੁਰਮੁਖੋ, ਜਿਹਦੇ ਹਿਰਦੇ ਦੇ ਵਿੱਚ ਕਰਤਾ ਪਰਮਾਤਮਾ ਵਸਾਵੇ ਵੱਸ ਗਿਆ ਨਾ, ਪਹਿਲੀ ਗੱਲ ਤੇ ਇਹ ਆ ਕਿ ਗੁਰਮੁਖੋ ਪਰਮਾਤਮਾ ਉਹਨੂੰ ਕੋਈ ਥੋੜ ਰਹਿਣ ਨਹੀਂ ਦਿੰਦਾ, ਪਹਿਲੀ ਗੱਲ ਤੇ ਇਹ। ਦੂਜੀ ਗੱਲ ਇਹ ਕਿ ਜੇ ਉਹ ਸੁਭਾਵਕ ਹੀ ਪਰਮਾਤਮਾ ਕੋਲੋਂ ਕੋਈ ਪਦਾਰਥ, ਕੋਈ ਵਸਤੂ ਮੰਗ ਲੈਂਦਾ ਆ ਤੇ ਪਰਮਾਤਮਾ ਉਹਨੂੰ ਇਤਨਾ ਕੁ ਦੇ ਦਿੰਦਾ ਕਿ ਜਿਸ ਨੂੰ ਦੇਖ ਕੇ ਦੂਜੇ ਵੀ ਅਸਚਰਜ ਹੋ ਜਾਂਦੇ। ਫਰੀਦ ਸਾਹਿਬ ਜਦੋਂ ਘਰੇ ਆਏ ਨਾ ਤੇ ਮਾਂ ਕਹਿੰਦੀ ਪੁੱਤ ਫਰੀਦ ਮੈਂ ਤੈਨੂੰ ਕੱਲ੍ਹ ਦੀ ਇੱਕ ਗੱਲ ਕਹਿਣੀ ਚਾਹੁੰਦੀ ਸੀ ਤੇ ਪੁੱਤ ਗੱਲ ਉਹ ਇਹ ਆ ਕਿ ਅੱਜ ਜਦੋਂ ਤੂੰ ਬੰਦਗੀ 'ਚ ਜੁੜੇਗਾ ਨਾ, ਉਸ ਅੱਲਾ ਤਾਲਾ ਨੂੰ ਯਾਦ ਕਰੇਗਾ ਨਾ ਤੇ ਅੱਲਾ ਤਾਲਾ ਕੋਲੋਂ ਇੱਕ ਪਾਈਆ ਸ਼ੱਕਰ ਮੰਗ ਲਈ, ਇੱਕ ਪਾਈਆ 250 ਗ੍ਰਾਮ। ਫਰੀਦ ਸਾਹਿਬ ਕਹਿੰਦੇ ਠੀਕ ਆ, ਇਬਾਦਤ ਵਿੱਚ ਜੁੜੇ, ਦੁਆ ਕੀਤੀ, ਅਰਦਾਸ ਕੀਤੀ, ਪਰਮਾਤਮਾ ਮੇਰੀ ਮਾਂ ਨੇ ਇੱਕ ਪਾਈਆ ਸ਼ੱਕਰ ਮੰਗੀ ਆ ਤੇ ਉਹ ਇਸ ਕਰਕੇ ਮੰਗੀ ਆ ਕਿ ਸਾਧੂ ਮਹਾਤਮਾ ਰੋਜ਼ ਘਰ 'ਚ ਆਉਂਦੇ ਆ ਤੇ ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਉਹ ਕਹਿੰਦੇ ਸਾਨੂੰ ਥੋੜ੍ਹੀ ਜਿਹੀ ਸ਼ੱਕਰ ਦਿਓ, ਗੁੜ ਦਿਓ ਖਾਣ। ਪਾਈਆ ਚਾਹੀਦੀ, ਅਰਦਾਸ ਕੀਤੀ। ਦੇਖੋ ਰੱਬ ਭਗਤਾਂ ਦੀ ਕਿੰਨੀ ਛੇਤੀ ਸੁਣ ਲੈਂਦਾ। ਉੱਧਰ ਅਰਦਾਸ ਹੋਈ ਤੇ ਇੱਧਰ ਕੀ ਹੋਇਆ, ਫਰੀਦ ਸਾਹਿਬ ਦੀ ਮਾਂ ਤਾਲਾ ਮਾਰ ਕੇ ਤੇ ਬਾਹਰ ਬੂਹੇ ਦੇ ਬੈਠੀ ਆ ਦਹਿਲੀਜ਼ ਵਿੱਚ। ਫਰੀਦ ਸਾਹਿਬ ਜਾ ਕੇ ਕਹਿੰਦੇ ਮਾਂ ਤੂੰ ਕੁੰਡਾ ਲਾ ਕੇ ਬਾਹਰ ਕਿਉਂ ਬੈਠੀ ਆ? ਕਹਿੰਦੀ ਪੁੱਤ ਮੈਂ ਤੈਨੂੰ ਕੀ ਕਿਹਾ ਸੀ ਭਲਾ? ਕਹਿੰਦਾ ਮਾਂ ਤੂੰ ਕਿਹਾ ਸੀ ਕਿ ਰੱਬ ਅੱਗੇ ਜਦੋਂ ਦੁਆ ਕਰੇਗਾ ਤੇ ਰੱਬ ਕੋਲੋਂ ਇੱਕ ਪਾਈਆ ਸ਼ੱਕਰ ਮੰਗੀ। ਫਰੀਦ ਜੀ ਕਹਿੰਦੇ ਮੈਂ ਤੇ ਅਰਦਾਸ ਕਰਕੇ ਇੱਕ ਪਾਈਆ ਸ਼ੱਕਰ ਉਸ ਮਾਲਕ ਤੋਂ ਮੰਗੀ ਸੀ। ਮਾਂ ਕਹਿੰਦੀ ਪੁੱਤ ਸੁਦਾਗਰ ਆਏ ਸੀ, ਸ਼ੱਕਰ ਦੀਆਂ ਬੋਰੀਆਂ ਘਰ 'ਚ ਸੁੱਟ ਗਏ, ਘਰ ਭਰਿਆ ਪਿਆ, ਬਹਿਣ ਨੂੰ ਜਗ੍ਹਾ ਨਹੀਂ,
ਫਰੀਦ ਜੀ ਕਹਿੰਦੇ ਕਸੂਰ ਮਾਂ ਮੇਰਾ ਵੀ ਨਹੀਂ, ਮੰਗੀ ਦੀ ਮੈਂ ਪਾਈ ਆਈ ਸੀ ਪਰ ਮੈਨੂੰ ਇੰਨਾ ਨਹੀਂ ਪਤਾ ਉਹਦਾ ਪਾਈਆ ਐਡਾ ਵੱਡਾ ਹੋ ਸਾਡਾ ਘਰ ਹੀ ਭਰ ਜਾਏਗਾ, ਘਰ ਹੀ ਭਰ ਜਾਏਗਾ। ਉਹ ਪਰਮਾਤਮਾ ਦੇ ਜਿਹੜੇ ਭਗਤ ਨੇ ਉਹਦੇ ਜਿਹੜੇ ਨਵਾਜੇ ਹੋਏ ਆ, ਪਹਿਲੀ ਗੱਲ ਤਾਂ ਸੁਭਾਵਕ ਕਿ ਉਹਨਾਂ ਦੀਆਂ ਲੋੜਾਂ ਮਾਲਕ ਪੂਰੀਆਂ ਕਰਦਾ ਆ। ਜੇ ਕਿਤੇ ਉਹਨਾਂ ਦੇ ਅੰਦਰ ਕਿਸੇ ਪਦਾਰਥ ਦੀ ਚੁਆਇਸ ਇੱਛਾ ਪ੍ਰਗਟ ਹੁੰਦੀ ਆ ਨਾ, ਤਾਂ ਮਾਲਕ ਉਸੇ ਛੇਵੀਂ ਪੂਰੀ ਕਰ ਦਿੰਦਾ। ਅਤੇ ਇਹ ਵੀ ਗੱਲ ਧਿਆਨ ਵਿੱਚ ਰੱਖੋ, ਅਸੀਂ ਪਰਮਾਤਮਾ ਪ੍ਰਤੀ ਜਦੋਂ ਵੀ ਸ਼ਬਦ ਵਰਤਾਂਗੇ ਇਹੀ ਕਹਾਂਗੇ ਪਰਮਾਤਮਾ ਸੁੱਖਾਂ ਦਾ ਦਾਤਾ ਹੈ, ਸੁੱਖ ਵੰਡਣ ਵਾਲਾ। ਕੀ ਕਦੇ ਕਿਸੇ ਦੀ ਜ਼ੁਬਾਨ ਇੰਨਾ ਸ਼ਬਦ ਕਹੇਗੀ ਕਿ ਰੱਬ ਵੀ ਦੁਖੀ ਹੁੰਦਾ? ਕੋਈ ਕਹਿ ਸਕਦਾ ਕਿ ਰੱਬ ਦਾ ਅੰਦਰ ਵੀ ਕਦੇ ਕਦੇ ਦੁਖੀ ਹੁੰਦਾ? ਅਸੀਂ ਨਹੀਂ ਕਹਿੰਦੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੈ ਪਰਮਾਤਮਾ ਦਾ ਅੰਦਰ ਵੀ ਦੁਖੀ ਹੁੰਦਾ। ਕਦੋਂ? ਚੌਫਰੀ ਸਾਹਿਬ ਦੀ ਬਾਣੀ ਦਾ ਵਚਨ ਆ, ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧ ਚੁੱਕੇ। ਜਦੋਂ ਉਹਦੇ ਪਿਆਰੇ ਨੂੰ ਕੋਈ ਦੁੱਖ ਦਿੰਦਾ ਤੇ ਰੱਬ ਦਾ ਅੰਦਰ ਵੀ ਦੁਖਦਾ, ਤੇ ਦੁਖਿਆ ਹੋਇਆ ਅੰਦਰ ਕਹਿੰਦਾ ਨਾਮ ਦੇਵ ਇੱਕ ਵਾਰ ਕਹਿ, ਕਹੇ ਤਾਂ ਧਰਨ ਅਕੋਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਮੋਈ ਗਊ ਦਿਓ ਜੀ ਆਏ, ਸਭ ਕੋਈ ਦੇਖੇ ਹੈ ਪਤੀਆ ਹੈ। ਨਾਮਦੇਵ ਕਹਿ ਇੱਕ ਵਾਰ, ਕਹੇ ਤੇ ਧਰਤੀ ਪੁੱਠੀ ਕਰਦਾ, ਆਕਾਸ਼ ਥੱਲੇ ਲੈ ਵਾ ਧਰਤੀ ਉੱਪਰ ਕਰਦੇ ਹਾਂ, ਮਰੀ ਗਾਂ ਜੀ ਦੀ ਕਰਦੇ ਹਾਂ, ਜੋ ਕਵੇ ਭਗਤਾ ਉਹੀ ਹੋਏਗਾ, ਉਹੀ ਹੋਏਗਾ। ਪਰਮਾਤਮਾ ਆਪਣੇ ਪਿਆਰੇ ਦਾ ਦੁੱਖ ਵੀ ਨਹੀਂ ਵੇਖ ਸਕਦਾ, ਤੇ ਪਰਮਾਤਮਾ ਆਪਣੇ ਪਿਆਰੇ ਨੂੰ ਕਿਸੇ ਤਰ੍ਹਾਂ ਦੀ ਥੋੜ ਵੀ ਨਹੀਂ ਰਹਿਣ ਦਿੰਦਾ। ਸਾਚ ਨਾਮ ਆਧਾਰ, ਜਿਨ੍ਹਾਂ ਨੇ ਸੱਚੇ ਨਾਮ ਨੂੰ ਆਸਰਾ ਬਣਾ ਲਿਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਭੁੱਖਾਂ ਗਵਾ ਚੁੱਕੀਆਂ, ਖਤਮ ਹੋ ਗਈਆਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜਿੱਥੇ ਤੂੰ ਆਪਣੇ ਹਿਰਦੇ ਅੰਦਰ ਇੰਨੇ ਲੋਕਾਂ ਨੂੰ ਸਟੋਰ ਕਰੀ ਜਾਂਦਾ, ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਮਹਾਰਾਜ ਕਹਿੰਦੇ ਅਸੀਂ ਤੇਰੇ ਕੁਛ ਨਹੀਂ ਲੱਗਦੇ। ਜੇ ਜਿਸ ਚੀਜ਼ ਨੂੰ ਦੇਖ ਕੇ ਕਹਿੰਦਾ ਮੇਰਾ ਮੇਰਾ, ਸਤਿਗੁਰੂ ਕਹਿੰਦੇ ਜੋ ਕੁਝ ਵੀ ਤੇਰੇ ਕੋਲ ਦਿੱਤਾ ਤੇ ਅਸੀਂ ਹੀ ਆ ਨਾ, ਤੈਨੂੰ ਅਸੀਂ ਦਿੱਤਾ। ਮਹਾਰਾਜ ਕਹਿੰਦੇ ਮੈਨੂੰ ਤੂੰ ਬਗਾਨਾ ਸਮਝਦਾ, ਪਰ ਜੋ ਮੈਂ ਤੈਨੂੰ ਦਿੱਤਾ ਆ ਉਹਨੂੰ ਤੂੰ ਆਪਣਾ ਸਮਝਦਾ, ਸਭ ਕਿਛ ਆਪਣਾ, ਇੱਕ ਰਾਮ ਪਰਾਇਆ। ਐਸੀ ਗਲਤੀ ਤੇਰੀ ਕਿਉਂ ਬਣ ਗਈ? ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜਿਨ ਜੀਵਨ ਜੀਆ, ਉਹ ਕਰਤਾ ਕਿਉਂ ਭੁੱਲੇ? ਗੁਰਮੁਖਾ, ਉਸ ਕਰਤੇ ਨੂੰ ਵੀ ਆਪਣੇ ਹਿਰਦੇ ਅੰਦਰ ਵਸਾ, ਤੇ ਜੇ ਵਸ ਜੂਗਾ ਕਰਤਾ ਫਿਰ ਕੀ ਮਿਲੂਗਾ? ਹਰੇਕ ਬੰਦਾ ਪਹਿਲੀ ਇਹ ਗੱਲ ਨਹੀਂ ਰੱਖਦਾ, ਕਿਸੇ ਦੁਕਾਨ 'ਤੇ ਜਾਵੇ ਕਿਤੇ ਵੀ ਜਾਵੇ ਉਹ ਕਹਿੰਦਾ ਆਹ ਚੀਜ਼ ਜਿਹੜੀ ਆ ਇਹ ਕਿੰਨੇ ਦੀ ਆ? ਦੁਕਾਨਦਾਰ ਕਹਿੰਦਾ ਇੰਨੇ ਦੀ ਆ। ਕਿੰਨਾ ਕੁ ਚਿਰ ਚੱਲੂਗੀ ਇਹਦੀ ਗਰੰਟੀ ਜਾਂ ਕੋਈ ਵਾਰੰਟੀ? ਪੁੱਛਦੇ ਹਾਂ ਨਾ ਆਪਾਂ। ਅਤੇ ਜਦੋਂ ਹੁਣ ਪਰਮਾਤਮਾ ਜੀ ਗੁਰਮੁਖੋ ਸਾਨੂੰ ਉਪਦੇਸ਼ ਬਖਸ਼ਦੇ ਆ ਨਾਮ ਜਪ, ਨਾਮ ਨੂੰ ਆਪਣੇ ਹਿਰਦੇ 'ਚ ਵਸਾ, ਅਤੇ ਅਸੀਂ ਸਵਾਲ ਕਰ ਦਿੰਦੇ ਹਾਂ ਫਿਰ ਉਸੇ ਵੇਲੇ, ਮਹਾਰਾਜ ਜੇ ਨਾਮ ਜਪਿਆ ਨਾਮ ਵਸੂਗਾ ਅੰਦਰ ਤਾਂ ਮਿਲੂਗਾ ਕੀ? ਸਾਨੂੰ ਕੀ ਮਿਲੂਗਾ? ਮਹਾਰਾਜ ਦੀ ਬਾਣੀ ਦਾ ਬਚਨ ਆ, ਤੂੰ ਮਨ ਵਸਿਆ ਲੱਗੇ ਨਾ ਦੁੱਖਾ,
ਪਰਮਾਤਮਾ ਜਦੋਂ ਵਸ ਜਾਂਦਾ ਫਿਰ ਦੁੱਖ ਨਹੀਂ ਪਾਉਂਦਾ, ਆਹ ਲਾਭ ਮਿਲਦਾ। ਉਦਾਂ ਸਾਰਾ ਸੰਸਾਰ ਦੁਖੀ ਆ, ਪਰ ਕਰਤਾ ਹਿਰਦੇ ਵਿੱਚ ਵਸ ਜਾਵੇ ਦੁੱਖ ਨਹੀਂ ਲੱਗਦਾ। ਪਰ ਜੇ ਕਿਤੇ ਬਾਈ ਦੀ ਵੇ ਦੁੱਖ ਗੁਰਮੁਖੋ ਕਰਮ ਅਨੁਸਾਰ ਆ ਜਾਵੇ ਤਾਂ ਦੁੱਖ ਦੁਖੀ ਨਹੀਂ ਕਰ ਸਕਦਾ, ਉਹ ਦੁੱਖ ਦੁਖੀ ਨਹੀਂ ਕਰ ਸਕਦਾ। ਰੱਬ ਦਾ ਪਿਆਰਾ ਦੁੱਖ ਵਿੱਚ ਸੁੱਖ ਮਨਾਈ ਫਿਰ ਵੀ ਉਹ ਸ਼ੁਕਰ ਕਰਦਾ, ਨਾਮ ਦੀ ਆਹ ਬਰਕਤ ਆ, ਆਹ ਬਰਕਤ ਆ। ਪਹਿਲੀ ਗੱਲ ਤਾਂ ਦੁੱਖ ਦੁਖੀ ਨਹੀਂ ਕਰਦਾ, ਅਤੇ ਦੂਜੀ ਗੱਲ ਇਹ ਕਿ ਗੁਰਮੁਖੋ ਉਹ ਪਿਆਰਾ ਕਦੇ ਕਰਮ ਅਨੁਸਾਰ ਆਏ ਹੋਏ ਦੁੱਖ ਨੂੰ ਦੇਖ ਕੇ ਅਤੇ ਰੱਬ ਨੂੰ ਉਲਾਂਭਾ ਨਹੀਂ ਦਿੰਦਾ, ਉਲਾਂਭਾ ਨਹੀਂ ਦਿੰਦਾ। ਕਿਉਂ ਨਹੀਂ ਦਿੰਦਾ ਉਲਾਂਭਾ, ਕਿਉਂ ਨਹੀਂ ਦਿੰਦਾ? ਕਿਉਂਕਿ ਗੁਰਬਾਣੀ ਰਾਹੀਂ ਸਮਝ ਪੈ ਜਾਂਦੀ ਆ ਕਿ ਦੁੱਖ ਅਤੇ ਸੁੱਖ ਦੇਣ ਵਾਲਾ ਹੈ ਅਤੇ ਪਰਮਾਤਮਾ ਤੂੰ ਆਪ ਹੀ, ਪਰ ਦਿੰਦਾ ਸਾਡੇ ਕਰਮਾਂ ਅਨੁਸਾਰ ਹੈ। ਪਰਮਾਤਮਾ ਤੁਸੀਂ ਤੇ ਨਿਰਭਉ ਹੋ, ਨਿਰਵੈਰ ਹੋ। ਜਿਹੜੇ ਦੁੱਖ ਸੁੱਖ ਵਿਆਪ ਰਹੇ ਆ ਇਹ ਮੇਰੇ ਕਰਮ ਨੇ, ਮੇਰੇ ਕਰਮਾਂ ਦਾ ਫਲ ਤੁਸੀਂ ਮੈਨੂੰ ਦੇ ਰਹੇ ਹੋ, ਨਾ ਕਿ ਤੁਹਾਡੇ ਅੰਦਰ ਕੋਈ ਦੁਵੇਸ਼ ਹੈ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁੱਖ ਸੁੱਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕਿਛੁ ਹੋਏ ਸੋਈ ਸੁਖ ਮਾਨ, ਭੂਲਾ ਕਾਹੇ ਫਿਰੇ ਅਜਾਨ, ਕੌਣ ਮਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਕਿਹੜੀ ਚੀਜ਼ ਤੇਰੇ ਨਾਲ ਆਈ? ਕੁਛ ਨਹੀਂ ਲੈ ਕੇ ਆਇਆ। ਹਾਂ, ਪਰਮਾਤਮਾ ਦੇ ਨਾਲ ਬਚਨ ਜ਼ਰੂਰ ਕਰਕੇ ਤੂੰ ਆਇਆ ਕਿ ਪਰਮਾਤਮਾ ਮੈਨੂੰ ਮਾਤ ਲੋਕ 'ਤੇ ਭੇਜ, ਮੈਂ ਤੇਰਾ ਨਾਮ ਜਪੂ, ਬੰਦਗੀ ਕਰੂੰਗਾ। ਪਰ ਭਾਈ ਗੁਰਦਾਸ ਜੀ ਲਿਖਦੇ ਆ, ਜਦੋਂ ਦੁਨੀਆਂ 'ਤੇ ਜੀਵ ਆਇਆ ਪੈਦਾ ਹੋਇਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਅਤੇ ਭਾਈ ਜੀ ਲਿਖਦੇ ਆ, ਈਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਚ ਦੂਤ ਭੂਤ ਭ੍ਰਮ ਭ੍ਰਮਤ ਅਸਾਧ ਹੈ। ਈਹਾਂ ਆਏ, ਇੱਥੇ ਆ ਕੇ ਦਾਤਾ ਵਿਸਰ ਗਿਆ, ਦਾਤ ਪਿਆਰੀ ਲੱਗਣ ਲੱਗ ਗਈ, ਦਾਤ ਪਿਆਰੀ ਲੱਗਣ ਲੱਗ ਗਈ। ਪਰ ਨਹੀਂ, ਉਸ ਨੂੰ ਵਸਾ ਆਪਣੇ ਹਿਰਦੇ ਦੇ ਵਿੱਚ, ਜਿਹਦਾ ਦਿੱਤਾ ਪਹਿਨਦਾ ਹੈ, ਜਿਹਦਾ ਦਿੱਤਾ ਖਾਣਾ ਹੈ, ਜਿਹਦੀ ਕਿਰਪਾ ਦੇ ਨਾਲ ਸਾਰੇ ਸੁੱਖ ਆਨੰਦ ਹਨ। ਇਕਾਦਸ਼ੀ ਇੱਕ ਰਿਧੇ ਵਸਾਵੈ, ਮਹਾਰਾਜ ਕਹਿੰਦੇ ਇਕਾਦਸ਼ੀ ਦੀ ਥਿੱਤ ਦੁਆਰਾ ਕਿ ਇੱਕ ਪਰਮਾਤਮਾ ਨੂੰ ਜੀਵ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰੇ, ਜਪ ਜਪ ਕੇ ਉਸ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੇ, ਫਿਰ ਕੀ ਹੋਊ? ਹਿੰਸਾ ਮਮਤਾ ਮੋਹ ਚੁਕਾਵੈ, ਨਾਮ ਦੇ ਵਸਣ ਨਾਲ ਹਿੰਸਾ। ਵੈਸੇ ਹਿੰਸਾ ਕਿਹਾ ਜਾਂਦਾ ਹੈ ਜੀਵ ਘਾਤ ਕਰਨਾ, ਜੀਆਂ ਨੂੰ ਮਾਰਨਾ। ਪਰ ਹਿੰਸਾ ਤਿੰਨ ਤਰ੍ਹਾਂ ਦੀ ਹੁੰਦੀ ਆ, ਇੱਕ ਮਨ ਕਰਕੇ, ਇੱਕ ਵਚਨਾਂ ਕਰਕੇ ਅਤੇ ਇੱਕ ਕਰਮਾਂ ਕਰਕੇ। ਮਨ ਕਰਕੇ ਹਿੰਸਾ ਹੁੰਦੀ ਆ ਕਿਸੇ ਬਾਰੇ ਮਾੜਾ ਸੋਚਣਾ, ਆਪਣੀ ਬੁੱਧੀ ਦੇ ਵਿੱਚ ਕਿਸੇ ਦਾ ਮਾੜਾ ਕਰਨ ਲਈ ਨਕਸ਼ਾ ਬਣਾਉਣਾ, ਮਨ ਕਰਕੇ ਪਾਪ ਹਿੰਸਾ। ਇੱਕ ਹੁੰਦੀ ਵਚਨਾਂ ਕਰਕੇ ਹਿੰਸਾ, ਵਚਨ ਬੋਲ ਕੇ ਕਿਸੇ ਦਾ ਅੰਦਰ ਦੁਖਾ ਦੇਣਾ, ਇਹ ਵੀ ਹਿੰਸਾ ਹੈ। ਕਬੋਲ ਬੋਲ ਕੇ, ਫਿੱਕਾ ਬੋਲ ਕੇ ਦੂਜੇ ਦਾ ਅੰਦਰ ਦਿਖਾ ਦੇਣਾ, ਇਹ ਵੀ ਹਿੰਸਾ ਹੈ। ਇਹ ਸਿਧਾਂਤਕ ਬੋਲ ਨੇ। ਗੁਰਮੁਖੋ ਕਈਆਂ ਦੇ ਬੋਲਾਂ ਦੇ ਨਾਲ
ਕਿਸੇ ਦਾ ਅੰਦਰ ਖੁਸ਼ ਹੁੰਦਾ, ਕਿਸੇ ਦੇ ਬੋਲਾਂ ਦੇ ਨਾਲ ਕਿਸੇ ਦਾ ਅੰਦਰ ਦੁਖੀ ਹੋ ਜਾਂਦਾ। ਬੋਲਾਂ ਦੀ ਹਿੰਸਾ, ਬੋਲਾਂ ਦੇ ਤੀਰ, ਮਨ ਦੀ ਹਿੰਸਾ, ਬੋਲਾਂ ਦੀ ਹਿੰਸਾ, ਮਨ, ਬਚਨ ਅਤੇ ਕਰਮ, ਕਰਮਾਂ ਕਰਕੇ ਹਿੰਸਾ ਕਰਨੀ, ਬਾਹਰੀ ਸਰੀਰ ਨਾਲ ਕਿਸੇ ਦਾ ਗਲ ਘੁੱਟਣਾ, ਜੀਵ ਨੂੰ ਮਾਰ ਕੇ ਅਤੇ ਆਪਣੀ ਜ਼ੁਬਾਨ ਦੇ ਸਵਾਦ ਪੂਰੇ ਕਰਨੇ, ਇਹ ਤਿੰਨ ਤਰ੍ਹਾਂ ਦੀ ਹਿੰਸਾ ਆ, ਮਨ ਕਰਕੇ, ਬਚਨਾਂ ਕਰਕੇ ਅਤੇ ਕਰਮਾਂ ਕਰਕੇ। ਗੁਰੂ ਕਾ ਸਿੱਖ ਹਿੰਸਾ ਨੂੰ ਫਿਰ ਮਮਤਾ, ਮਮਤਾ ਕੀ ਆ? ਮੋਹ। ਮੋਹ ਕੀ ਆ? ਪਕੜ। ਪਕੜ ਕੀ ਹੈ? ਦੁੱਖ। ਜਿੱਦਾਂ ਕੋਈ ਸ਼ਬਦ ਵਰਤਦਾ ਨਾ ਕਿ ਮੇਰਾ ਮੇਰੇ ਪੁੱਤ ਨਾਲ, ਧੀ ਨਾਲ ਬੜਾ ਪ੍ਰੇਮ ਹੈ, ਮੇਰਾ ਪਤਨੀ ਨਾਲ ਬੜਾ ਪ੍ਰੇਮ ਹੈ, ਮੇਰਾ ਮਾਂ ਬਾਪ ਨਾਲ ਬੜਾ ਪ੍ਰੇਮ ਹੈ, ਨਹੀਂ, ਇਹ ਸ਼ਬਦ ਗਲਤ ਨੇ। ਪ੍ਰੇਮ ਨਹੀਂ ਉਹਨੂੰ ਕਿਹਾ ਜਾ ਸਕਦਾ, ਉਹਨੂੰ ਮੋਹ ਕਿਹਾ ਜਾ ਸਕਦਾ। ਮੋਹ, ਕਿ ਮੇਰਾ ਮੋਹ ਹੈ। ਪ੍ਰੇਮ ਦੇ ਵਿੱਚ ਦੁੱਖ ਨਹੀਂ ਹੈ, ਪ੍ਰੇਮ ਵਿੱਚ ਦੁੱਖ ਨਹੀਂ ਹੈ। ਗੁਰਮੁਖੋ, ਜਿਹਨੇ ਪ੍ਰੇਮ ਕੀਤਾ ਉਹਨੇ ਤੇ ਰੱਬ ਨੂੰ ਪਾ ਲਿਆ। ਪ੍ਰੇਮ ਹੀ ਤੇ ਰੱਬ ਹੈ, ਰੱਬ ਹੀ ਤੇ ਪ੍ਰੇਮ ਹੈ। ਗੋਡ ਇਜ਼ ਲਵ, ਲਵ ਇਜ਼ ਗੋਡ। ਅਸੀਂ ਮੋਹ ਨੂੰ ਪ੍ਰੇਮ ਕਹਿੰਦੇ ਹਾਂ। ਜਿੱਦਾਂ ਆਹ ਇੱਕ ਅੰਗ ਆ ਨਾ ਗੁਰੂ ਮਹਾਰਾਜ ਜੀ ਦੀ ਬਾਣੀ ਦਾ, ਗੁਰਮੁਖੋ ਇਹਦਾ ਆਹ ਹਿੱਸਾ ਜਿਹੜਾ, ਇਹਨੂੰ ਅਸੀਂ ਮੋਹ ਕਹਿ ਸਕਦੇ ਹਾਂ, ਆਹ ਹਿੱਸਾ ਜਿਹੜਾ ਇਹਨੂੰ ਅਸੀਂ ਦੁੱਖ ਕਹਿ ਸਕਦੇ। ਜਿੱਥੇ ਮੋਹ ਹੈ ਉੱਥੇ ਨਾਲ ਦੁੱਖ ਵੀ ਹੈ, ਪਰ ਪ੍ਰੇਮ 'ਚ ਦੁੱਖ ਨਹੀਂ ਹੈ, ਪ੍ਰੇਮ 'ਚ ਦੁੱਖ ਨਹੀਂ। ਪ੍ਰੇਮ ਫਿਰ ਕਿਹਨੂੰ ਕੀਤਾ ਜਾਏ? ਦੋਨੋਂ ਹੀ ਪ੍ਰੇਮ ਕਰੋ, ਦੋਨੋਂ ਪ੍ਰੇਮ ਕਰੋ, ਤੀਜੇ ਨੂੰ ਨਹੀਂ, ਤੀਜਾ ਹੈ ਵੀ ਨਹੀਂ। ਇੱਕ ਖਾਲਕ ਨੂੰ ਪ੍ਰੇਮ ਕਰੋ, ਇੱਕ ਖਲਕਤ ਨੂੰ ਪ੍ਰੇਮ ਕਰੋ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਖਾਲਕ ਵੀ ਤੇ ਖਲਕਤ ਵਿੱਚ ਹੀ ਵੱਸਦਾ ਨਾ। ਜਿਹੜਾ ਖਾਲਕ ਨੂੰ, ਪਰਮਾਤਮਾ ਨੂੰ ਪ੍ਰੇਮ ਕਰਦਾ ਪਰ ਖਲਕਤ ਨੂੰ ਵੇਖ ਕੇ, ਕਰਤੇ ਦੀ ਖਲਕਤ ਨੂੰ, ਸ੍ਰਿਸ਼ਟੀ ਨੂੰ ਵੇਖ ਕੇ ਅੱਖਾਂ ਕੱਢਦਾ, ਨਫ਼ਰਤ ਮਨ ਵਿੱਚ ਰੱਖਦਾ, ਗੁਰਮੁਖੋ ਉਹਦਾ ਗੁਰਦੁਆਰੇ ਆ ਕੇ ਵੀ ਨਹੀਂ ਮਨ ਟੇਕਦਾ, ਭਾਵੇਂ ਕੀਰਤਨ ਸੁਣ ਲਏ ਅਤੇ ਭਾਵੇਂ ਕਥਾ ਸੁਣ ਲਏ। ਐਸੇ ਲੋਕ ਸਵਾਲ ਵੀ ਫਿਰ ਕਰਦੇ ਹੁੰਦੇ ਆ, ਗਿਆਨੀ ਜੀ ਕਥਾ ਸੁਣੀਦੀ ਜਾਂ ਕੀਰਤਨ ਸੁਣੀਦਾ ਪਰ ਮਨ ਨਹੀਂ ਟੇਕਦਾ, ਮਨ ਨਹੀਂ ਲੱਗਦਾ। ਅਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਉੱਤਰ ਦਿੰਦੇ ਆ, ਕਹਿੰਦੇ ਖਲਕਤ ਮੇਰੀ ਬਣਾਈ ਹੋਈ ਆ। ਹਾਂ ਮਹਾਰਾਜ, ਬਿਲਕੁਲ, ਇਹ ਤੁਹਾਡੀ ਬਣਾਈ ਖਲਕਤ ਸੰਸਾਰ। ਗੁਰੂ ਜੀ ਕਹਿੰਦੇ ਇੱਕ ਨਾਲ ਤੂੰ ਪ੍ਰੇਮ ਕਰਦਾ, ਇੱਕ ਨਾਲ ਤੂੰ ਈਰਖਾ ਕਰਦਾ, ਤੇਰਾ ਮਨ ਕਿੱਥੋਂ ਟਿਕੂਗਾ? ਸਾਰਿਆਂ ਨੂੰ ਪ੍ਰੇਮ ਕਰ ਪਰ ਤੇਰੇ ਅੰਦਰ ਤੇ ਦਵੈਤ ਆ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਚਨ ਨਾ ਹੀ। ਉਹਨਾਂ ਤੱਕ ਨਹੀਂ ਚਿੱਤ ਟੇਕਦਾ। ਜਦੋਂ ਗੁਰਮੁਖੋ ਬਿਰਤੀ ਦੇ ਵਿੱਚ ਨਿਰਮਲਤਾ ਹੀ ਆਉਂਦੀ ਆ, ਬੰਦਾ ਖਾਲਕ ਨੂੰ ਤੇ ਖਲਕਤ ਦੋਨਾਂ ਨੂੰ ਹੀ ਪ੍ਰੇਮ ਕਰਦਾ। ਪਰ ਜੇ ਖਾਲਕ ਪ੍ਰਤੀ ਪ੍ਰੇਮ, ਖਲਕਤ ਪ੍ਰਤੀ ਪ੍ਰੇਮ ਨਹੀਂ, ਤੇ ਖਾਲਕ ਵੀ ਉਹਦੇ ਤੇ ਖੁਸ਼ ਨਹੀਂ ਹੁੰਦਾ, ਪਰਮਾਤਮਾ ਵੀ ਉਹਦੇ ਖੁਸ਼ ਨਹੀਂ ਹੁੰਦਾ।
ਇੱਕ ਰਾਜੇ ਦਾ ਪੁੱਤ ਬਿਮਾਰ ਬਹੁਤਾ ਪੈ ਗਿਆ ਅਤੇ ਉਹ ਆਪਣੇ ਵਜ਼ੀਰ ਨੂੰ ਕਹਿੰਦਾ ਉਹ ਕੁਛ ਨਾ ਕੁਛ ਕਰ, ਕੋਈ ਲਵ ਨੀਮ ਹਕੀਮ, ਕੋਈ ਜੜੀ ਬੂਟੀ ਮੇਰੇ ਕਾਕੇ ਨੂੰ ਦਿਓ, ਜੇ ਮੇਰਾ ਪੁੱਤ ਚੜ੍ਹਾਈ ਕਰ ਗਿਆ ਮਰ ਗਿਆ ਤਾਂ ਮੇਰੇ ਘਰ ਦਾ ਤਾਂ ਦੀਵਾ ਬੁਝ ਜੂ। ਅਤੇ ਬਚਨ ਵੀ ਆਉਂਦੇ ਆ, ਇੱਕ ਨਾ ਦੇ ਕਰ ਇੱਕ ਉਹ ਵੀ ਜਾਏ ਮਰ ਵਜੀਦਾ, ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ, ਰੱਬ ਨੂੰ ਤਾਂ ਨਹੀਂ ਨਾ ਕੋਈ ਕਹਿ ਸਕਦਾ। ਉਹ ਰਾਜਾ ਕਹਿੰਦਾ ਵਜ਼ੀਰ ਕੁਛ ਨਾ ਕੁਛ ਕਰ, ਕੋਈ ਦਵਾਈ ਬੂਟੀ। ਵਜ਼ੀਰ ਸਿਆਣਾ ਸੀ, ਉਹ ਕਹਿੰਦਾ ਰਾਜਨ ਗੱਲ ਇਹੋ ਆ, ਹੁਣ ਗੱਲ ਦਵਾਈ ਨਾਲ ਨਹੀਂ ਬਣਨੀ, ਹੁਣ ਗੱਲ ਬਣੇਗੀ ਤੇ ਦੁਆ ਨਾਲ ਬਣੇ, ਦਵਾਈ ਨਾਲ ਨਹੀਂ। ਦਵਾਈਆਂ ਤੋਂ ਪਹਿਲਾਂ ਬੜੀਆਂ ਦੇ ਦਿੱਤੀਆਂ ਆਪਣੇ ਮੁੰਡੇ ਨੂੰ ਬੱਚੇ ਨੂੰ, ਪਰ ਤੇਰਾ ਪੁੱਤ ਰਾਜੀ ਨਹੀਂ ਹੋਇਆ। ਜੋ ਬਾਤ ਦੁਆ ਸੇ ਨਹੀਂ ਹੋਤੀ ਵੋ ਬਾਤ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲਤਾ ਹੈ ਤਬ ਬਾਤ ਖੁਦਾ ਸੇ ਹੋਤੀ। ਰਾਜਾ ਕਹਿੰਦਾ ਜੇ ਗੱਲ ਦੁਆ ਦੀ ਕੀਤੀ ਆ ਨਾ ਤੂੰ, ਤੇ ਦੁਆ ਕਰਨ ਵਾਲਾ ਕੋਈ ਲੱਭ। ਵਜ਼ੀਰ ਨੂੰ ਪਤਾ ਸੀ, ਉਹ ਤੁਰਦਾ ਤੁਰਦਾ ਇੱਕ ਮਹਾਤਮਾ ਦੇ ਕੋਲ ਪਹੁੰਚਿਆ, ਬੰਦਗੀ ਵਾਲੇ ਦੇ ਕੋਲ ਪਹੁੰਚਿਆ। ਅਤੇ ਜਦੋਂ ਉਸ ਬੰਦਗੀ ਵਾਲੇ ਮਹਾਤਮਾ ਨੂੰ ਸਾਧੂ ਨੂੰ ਬੇਨਤੀ ਕੀਤੀ, ਅਤੇ ਸਾਧੂ ਵੀ ਕੌਣ ਸੀ ਜਿਹਦੀ ਰਸਨਾ 'ਤੇ ਰੱਬ ਵੱਸਦਾ, ਰੱਬ ਜੀ ਵੱਸੈ ਸਾਧ ਕੀ ਰਸਨਾ, ਨਹੀਂ ਜੀ ਇਹ ਗੱਲ ਗਲਤ ਆ, ਪ੍ਰਭੂ ਜੀ ਸਾਧੂ ਦੀ ਰਸਨਾ 'ਤੇ ਕਿਵੇਂ ਵੱਸ ਸਕਦੇ ਆ। ਮਹਾਰਾਜ ਕਹਿੰਦੇ ਜਦੋਂ ਅਸੀਂ ਕਹਿ ਰਹੇ ਹਾਂ, ਨਹੀਂ ਮਹਾਰਾਜ ਮੇਰੀ ਬੁੱਧੀ ਤਰਕ ਕਰਦੀ ਆ ਕਿ ਪ੍ਰਭੂ ਜੀ ਕਿੱਦਾਂ ਸਾਧ ਦੀ ਰਸਨਾ 'ਤੇ ਵੱਸ ਸਕਦੇ ਆ, ਰੱਬ ਤੇ ਪਰਮਾਤਮਾ ਤੇ ਪਵਿੱਤਰ ਹੈ, ਉਹ ਤੇ ਪਵਿੱਤਰ ਹੈ। ਮਹਾਰਾਜ ਕਹਿੰਦੇ ਸੁਣ, ਉਹ ਰਸਨਾ ਵੀ ਪਵਿੱਤਰ ਹੈ, ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਪਰਮਾਤਮਾ ਦਾ ਨਾਮ ਜਪ ਜਪ ਕੇ ਉਹ ਰਸਨਾ ਵੀ ਸੁੱਚੀ ਹੋ ਚੁੱਕੀ, ਜਿਹੜੀ ਰਸਨਾ ਸੁੱਚੀ ਹੋ ਚੁੱਕੀ ਉਹ 'ਤੇ ਸੱਚਾ ਬੈਠਾ ਹੈ, ਉਹਤੇ ਸੱਚਾ ਬੈਠਾ ਹੈ। ਅਤੇ ਐਸੇ ਸਾਧੂ ਦੇ ਕੋਲ ਵਜ਼ੀਰ ਗਿਆ, ਜਾ ਕੇ ਕਹਿਣ ਲੱਗਾ ਮਹਾਤਮਾ ਜੀ, ਰਾਜੇ ਦਾ ਪੁੱਤ ਮਰਨ ਕਿਨਾਰੇ ਪਿਆ, ਅਤੇ ਤੁਸੀਂ ਚੱਲੋ ਦੁਆ ਕਰੋ, ਬੇਨਤੀ ਕਰੋ, ਅਰਜ ਕਰੋ, ਉਹ ਬੱਚਾ ਠੀਕ ਹੋ ਜਾਵੇ। ਮਹਾਤਮਾ ਕਹਿੰਦੇ ਮੈਂ ਕੀ ਲੈਣਾ, ਇਹ ਤਾਂ ਉਹਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ, ਮੇਰੀ ਕੀ ਔਕਾਤ ਆ ਮੈਂ ਉਸ ਰਾਜਕ ਦੀ ਰਜਾ ਨੂੰ ਮੇਟਾਂ। ਨਹੀਂ, ਹੁਕਮ ਚ ਹੀ ਹੈ ਸਭ ਕੁਛ। ਜਦੋਂ ਟਾਲ ਦਿੱਤਾ ਤਾਂ ਫਿਰ ਰਾਜਾ ਆਪ ਨੰਗੇ ਪੈਰੀ ਆਇਆ, ਕਹਿੰਦਾ ਮਹਾਤਮਾ ਜੀ ਕਿਰਪਾ ਕਰੋ, ਤਰਸ ਕਰੋ, ਜੋ ਕਹੋਗੇ ਮੈਂ ਕਰਾਂਗਾ, ਪਰ ਕਿਰਪਾ ਕਰਕੇ ਮੇਰੇ ਬੱਚੇ ਦੀ ਦੁਆ ਕਰੋ, ਠੀਕ ਹੋ ਜਾਵੇ, ਮੇਰੇ ਘਰ ਦਾ ਦੀਵਾ ਜਗਦਾ ਰਹੇ। ਉਹ ਮਹਾਤਮਾ ਜਦੋਂ ਕੋਲ ਆਏ ਨਾ, ਉਸ ਬੱਚੇ ਨੂੰ ਮੰਜੇ 'ਤੇ ਪਿਆ ਵੇਖਿਆ, ਅਤੇ ਵੇਖ ਕੇ ਕਹਿੰਦੇ ਰਾਜਨ ਜੇ ਮੈਂ ਦੋ ਹੱਥ ਜੋੜ ਕੇ ਅਰਦਾਸ ਕੀਤੀ ਨਾ, ਤਾਂ ਮੇਰੀ ਅਰਦਾਸ ਨਾਲ ਤੇਰੇ ਕਾਕੇ ਨੇ ਤੇਰੇ ਬੱਚੇ ਨੇ ਠੀਕ ਨਹੀਂ ਹੋਣਾ। ਮਹਾਤਮਾ ਜੀ ਤੁਸੀਂ ਇਹ ਕੀ ਕਹਿ ਰਹੇ, ਤੁਹਾਡੀ ਰਸਨਾ 'ਤੇ ਪਰਮਾਤਮਾ ਵੱਸਦਾ, ਪਰ ਸਾਡੇ ਕੋਲ ਅੱਜ ਹਰੇਕ ਕੋਲ ਮੋਬਾਈਲ ਆ, ਸੋਸ਼ਲ ਮੀਡੀਆ ਦਾ ਸਮਾਂ, ਅਤੇ ਗੁਰਮੁਖੋ ਦੇਖੋ ਮੋਬਾਈਲਾਂ ਰਾਹੀਂ ਮੈਸੇਜ ਵੀ ਜਾਂਦੇ ਆ, ਕਾਲ ਵੀ ਕਰੀਦੀ ਆ, ਪਰ ਰੱਬ ਵਾਲਿਆਂ ਦੇ ਕੋਲ ਵੀ ਮੋਬਾਈਲ ਹੈ, ਫੋਨ ਉਹਨਾਂ ਕੋਲ ਵੀ ਹੈ, ਗੱਲ ਉਹ ਵੀ ਕਰਦੇ ਆ, ਪਰ ਉਹ ਹੈ ਸੁਰਤ ਦਾ ਫੋਨ, ਸੁਰਤ ਦਾ, ਗੱਲ ਉਹ ਵੀ ਕਰਦੇ ਆ। ਜਦੋਂ ਤੁਸੀਂ ਕਿਸੇ ਨੂੰ ਕਾਲ ਕਰਦੇ ਹੋ ਤਾਂ ਕਈ ਵਾਰ ਤੁਹਾਨੂੰ ਕੰਪਿਊਟਰ ਇਹ ਅੱਗੋਂ ਦੱਸਦਾ ਕਿ ਸਵਿੱਚ ਆਫ ਹੈ, ਕਈ ਵਾਰ ਮੋਬਾਈਲ ਚੋਂ ਆਵਾਜ਼ ਇਹ ਸੁਣਨ ਨੂੰ ਮਿਲਦੀ ਆ ਕਿ ਰੇਂਜ ਤੋਂ ਬਾਹਰ ਆ,
ਪਰ ਦੇਖੋ ਗੁਰਮੁਖੋ ਜਦੋਂ ਰੱਬ ਵਾਲਾ ਸੁਰਤ ਦਾ ਫੋਨ ਕਰਦਾ ਨਾ ਤੇ ਰੱਬ ਵੀ ਅੱਗੋਂ ਫਿਰ ਪੁੱਛਦਾ ਆ ਕਿ ਭਗਤਾ ਕਿਵੇਂ ਯਾਦ ਕੀਤਾ ਆ ਤੇ ਭਗਤ ਵੀ ਫਿਰ ਅੱਗੋਂ ਬੇਨਤੀ ਕਰਦਾ ਮੈਂ ਇਸ ਕਰਕੇ ਰੱਬਾ ਤੈਨੂੰ ਯਾਦ ਕੀਤਾ। ਉਹ ਜਿੱਦਾਂ ਅਸੀਂ ਫੋਨ ਤੇ ਗੱਲ ਕਰਦੇ ਹਾਂ ਨਾ ਇੱਦਾਂ ਹੀ ਭਗਤ ਨਾਮਦੇਵ ਜੀ ਪਰਮਾਤਮਾ ਦੇ ਨਾਲ ਗੱਲ ਕਰਦੇ ਆ। ਉਹ ਬਚਨ ਤੁਸੀਂ ਪੜ੍ਹੇ ਸੁਣੇ ਹੋਣਗੇ ਜਦੋਂ ਨਾਮਦੇਵ ਜੀ ਆਰਾਧਨਾ ਕਰਦੇ ਆ ਕਹਿੰਦੇ ਆ ਪਰਮਾਤਮਾ ਕਿਰਪਾ ਕਰੋ ਤੇ ਅੱਗੋਂ ਆਵਾਜ਼ ਕੀ ਆਉਂਦੀ ਤੂੰ ਕੁਨ ਰੇ। ਤੂੰ ਕੌਣ ਬੋਲਦਾ? ਤੂੰ ਕੁਨ ਰੇ। ਭਗਤ ਜੀ ਕਹਿੰਦੇ ਆ ਮੈਂ ਜੀ ਨਾਮਾ, ਮੈਂ ਤੁਹਾਡਾ ਨਾਮਦੇਵ ਬੋਲਦਾ। ਹੋ ਜੀ ਹਾਂਜੀ। ਭਗਤ ਜੀ ਕਿਵੇਂ ਯਾਦ ਕੀਤਾ? ਹੋ ਜੀ। ਤੇ ਭਗਤ ਜੀ ਅੱਗੋਂ ਕਹਿੰਦੇ ਆਲਾ ਤੇ ਨਿਵਾਰਨਾ ਜਮ ਤਾਰਨਾ। ਪਰਮੇਸ਼ਰ ਇੱਕ ਤੇ ਮੈਨੂੰ ਸੰਸਾਰ ਦੇ ਜੰਜਾਲਾਂ ਤੋਂ ਬਚਾ ਲਈ ਤੇ ਇੱਕ ਜਮਾਂ ਦੀਆਂ ਫਾਹੀਆਂ ਤੋਂ ਮੈਨੂੰ ਬਚਾ ਲਈ, ਮੈਂ ਤਾਂ ਤੈਨੂੰ ਯਾਦ ਕੀਤਾ। ਉਹ